ਸਲਾਮ ਅਲੈਕੁਮ ਸੱਜਣੋ ਤੇ ਮਿੱਤਰੋ, ਮੈਂ ਤੁਹਾਡਾ ਰਾਸ਼ਿਦ ਮਹਿਮੂਦ। ਅੱਜ ਸਾਰੀ ਦੁਨੀਆ 'ਚ ਥੀਏਟਰ ਡੇ ਮਨਾਇਆ ਜਾ ਰਿਹਾ। ਥੀਏਟਰ ਪਰਫੋਰਮਿੰਗ ਆਰਟ ਦੀ ਉਹ ਸਿਨਫ ਹੈ ਜਿਹੜੀ ਸਭ ਤੋਂ ਜ਼ਿਆਦਾ ਦੁਨੀਆ 'ਚ ਰਾਈਜ ਹੈ। ਬੜੇ ਬੜੇ ਵੱਡੇ ਥੀਏਟਰ ਨੇ ਇੰਗਲੈਂਡ, ਰਸ਼ੀਆ 'ਚ, ਦੁਨੀਆ ਦੇ ਹੋਰ ਮੁਲਕਾਂ 'ਚ, ਸਾਡੇ ਪਾਕਿਸਤਾਨ 'ਚ ਕਿੰਨੇ ਸਾਰੇ ਥੀਏਟਰ ਨੇ ਜਿਨ੍ਹਾਂ 'ਚ ਥੀਏਟਰ ਜਿਹੜਾ ਮੁਸਤਕਿਲ ਹੋ ਰਿਹਾ ਹੈ। ਥੀਏਟਰ ਜਿਹੜੀ ਹੈ ਨਾ, ਪਰਫਾਰਮਿੰਗ ਆਰਟ ਦੀ ਉਹ ਸਿਨਫ ਹੈ ਜਿਹਦੇ 'ਚ ਆਰਟਿਸਟ ਜੋ ਕੁਛ ਉਹ ਪਰਫੋਰਮ ਕਰ ਰਿਹਾ ਹੁੰਦਾ ਹੈ, ਉਹ ਚੰਗਾ ਕਰ ਰਿਹਾ, ਮੰਦਾ ਕਰ ਰਿਹਾ, ਵਿਦ ਇਨ ਸੈਕਿੰਡ ਹਥੇਲੀ 'ਤੇ ਸਰਸੋਂ ਜੰਮਦੀ ਹੈ ਅਤੇ ਉਹਦੀਆਂ ਕੀਤੀਆਂ ਉਹਦੇ ਸਾਹਮਣੇ ਆ ਜਾਂਦੀ ਹੈ। ਜਿਹੜੇ ਥੀਏਟਰ 'ਚ ਨਾਂ ਵੱਡੇ ਹੋਏ ਨੇ ਸਾਡੇ ਮੁਲਕ 'ਚ, ਦੁਨੀਆ 'ਚ, ਉਹ ਸਾਰੇ ਉਹ ਬੋਲਡ ਪਰਫੋਰਮਰ ਸਨ ਜਿਨ੍ਹਾਂ ਦੇ ਥੀਏਟਰ ਤੋਂ ਬਾਅਦ ਫਿਰ ਜਿਹੜੀਆਂ ਦੂਸਰੀ ਇਸ ਪਰਫਾਰਮਿੰਗ ਆਰਟ ਦੀ ਰੂਟਸ ਨੇ, ਸ਼ਾਖਾ ਨੇ, ਮਸਲ ਫਿਲਮ, ਟੈਲੀਵਿਜ਼ਨ, ਉਹਨਾਂ 'ਚ ਵੀ ਦੁਨੀਆ 'ਚ ਆਪਣੇ ਨਾਂ ਪੈਦਾ ਕੀਤੇ। ਮਸਲ ਸਾਡੇ ਅਗਰ ਮੁਲਕ ਦੀ ਗੱਲ ਕੀਤੀ ਜਾਏ, ਇਹ ਥੀਏਟਰ ਸਾਡੇ ਇਸ ਸਭ ਕੌਂਟੀਨੈਂਟ 'ਚ ਡਰਾਮਾ ਜਿਹੜਾ ਇਹ ਇਜਾਦ ਅਸੀਂ ਪਾਕਿਸਤਾਨ ਨੇ ਕੀਤਾ ਸੀ। ਥੀਏਟਰ ਤੋਂ ਸ਼ੁਰੂ ਹੋਇਆ ਅਤੇ ਫਿਰ ਪਾਕਿਸਤਾਨ ਟੈਲੀਵਿਜ਼ਨ ਨੇ। ਸਾਡੇ ਪੜੋਸੀ ਮੁਲਕ 'ਚ ਨਾ ਤਾਂ ਕੋਈ ਪੈਰਲਲ ਥੀਏਟਰ ਦਾ ਰਿਵਾਜ ਸੀ ਉਦੋਂ, ਅਤੇ ਨਾ ਹੀ ਕੋਈ ਆਰਟ ਮੂਵੀਜ਼ ਦਾ ਰਿਵਾਜ ਸੀ। ਇਹ ਡਰਾਮਾ ਅਸੀਂ ਇਜਾਦ ਕੀਤਾ, ਔਰ ਸਾਡਾ ਉਹ ਦੌਰ ਜਿਹੜਾ ਸੀ, ਉਹ ਦੌਰ ਉਹ ਸੀ ਜਿਹਦੇ 'ਚ ਮਸੂਦ ਅਖਤਰ ਸਾਹਿਬ, ਮੁਹੰਮਦ ਕਵੀ ਖਾਨ ਸਾਹਿਬ, ਅਲੀ ਏਜਾਜ਼ ਸਾਹਿਬ, ਸੱਜਾਦ ਹੈਦਰ, ਖਾਲਿਦ ਅੱਬਾਸ, ਡਾਰ ਸਾਹਿਬ, ਖਵਾਤੀਨ 'ਚ ਹੋਰ ਬੜੇ 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 ਵੱਡੇ ਮੋਹਤਬਰ ਨਾਮ ਸਨ। ਸ਼ਾਇਦ ਕੁਛ ਨਾਂ ਹੁਣ ਇਸ ਲਈ ਆਲਮੇ ਪੀਰੀ 'ਚ ਮੇਰੇ ਯਾਦ ਵੀ ਨਾ ਹੋਣ, ਅਤੇ ਉਹਦੀ ਮੈਂ ਮਾਫੀ ਚਾਹਵਾਂਗਾ ਤੁਹਾਡੇ ਕੋਲ। ਇਹ ਥੀਏਟਰ ਇਹਨਾਂ ਨੇ ਇਜਾਦ, ਖਵਾਤੀਨ 'ਚ ਰੁਮਾਨਾ, ਅਤੀਆ ਸ਼ਰਫ, ਨਿਕਤ ਭੱਟ, ਔਰ ਆਪਣਾ ਸ਼ੀਬਾ ਹਸਨ। ਉਸ ਤੋਂ ਬਾਅਦ ਦੌਰ 'ਚ ਫਿਰ ਹੋਰ ਬੇਸ਼ੁਮਾਰ ਖਵਾਤੀਨ ਆਈਆਂ ਜਿਨ੍ਹਾਂ ਨੇ ਸਾਰਾ ਕੰਮ ਕੀਤਾ। ਅਤੇ ਥੀਏਟਰ ਜਿਹੜਾ ਨਾ, ਉਹ ਪਰਫਾਰਮਿੰਗ ਆਰਟ ਦੀ ਸਭ ਤੋਂ ਸੋਲਿਡ ਸਿਨਫ ਹੈ। ਉਹਦੇ ਜਿਸਲੇ ਪਰਫੋਰਮਰ ਪਰਫੋਰਮ ਕਰਦਾ, ਉਹ ਆਪਣੇ ਰੋਲ 'ਚ ਜਿਸਲੇ ਉਹਦੇ 'ਤੇ ਸਟੇਜ ਦੇ ਉੱਤੇ ਆਉਂਦਾ, ਅਤੇ ਉਹਦਾ ਵੀ ਐਂਟਰੀ ਜਿਹੜੀ ਹੈ, ਉਹਦਾ ਉਹਦੇ 'ਚ ਇਨ ਹੋਣਾ ਜਿਹੜਾ, ਉਹ ਦੇਖਣ ਵਾਲਿਆਂ ਨੂੰ ਇਹ ਕਨਵਿੰਸ ਕਰ ਦਿੰਦਾ, ਯੋ ਕਹਿੰਦਾ ਇਹ ਤਾਂ ਉਹ ਲੱਗਾ ਹੀ ਨਹੀਂ। ਅਤੇ ਜਿਹੜਾ ਉਹਦੀ ਆਪਣੀ ਐਂਟਰੀ 'ਚ, ਆਪਣੀ ਉਸ ਪਰਫੋਰਮੈਂਸ 'ਚ ਥੀਏਟਰ ਦੇ ਥਰੂ ਸਟੇਜ ਦੇ ਉੱਤੇ ਆਪਣਾ ਆਪ ਮਨਵਾ ਲੈਂਦਾ, ਉਹਨੂੰ ਉਹਦਾ ਰਿਐਕਟ ਐਪਰੀਸੀਏਸ਼ਨ ਦਾ ਜਿਹੜਾ ਵਿਦ ਇਨ ਸੈਕਿੰਡ ਮਿਲ ਜਾਂਦਾ। ਅਤੇ ਸੋ ਥੀਏਟਰ ਪਰਫਾਰਮਿੰਗ ਆਰਟ ਦੀ ਸਭ ਤੋਂ ਸੋਲਿਡ ਸਿਨਫ ਹੈ, ਜਿੱਥੇ ਆਰਟਿਸਟ ਗਰੂਮ ਜਿਹੜਾ ਥੀਏਟਰ 'ਤੇ ਜਿਹਦੀ ਗਰੂਮਿੰਗ ਹੈ, ਜਿਹਨੇ ਥੀਏਟਰ 'ਚ ਨਾਂ ਪੈਦਾ ਕੀਤੇ ਨੇ, ਉਹ ਫਿਰ ਦੁਨੀਆ ਦੇ ਕਿਸੇ ਪਰਫਾਰਮਿੰਗ ਆਰਟ ਦੇ ਕਿਸੇ ਸ਼ੋਬੇ 'ਚ ਵੀ ਉਹਨਾਂ ਨੂੰ ਕੋਈ ਕਬਾਹਤ ਜਾਂ ਉਹ ਕੁਛ ਨਹੀਂ ਹੋਇਆ। ਇਹ ਮੈਂ ਪਲਾਕ ਵਾਲਿਆਂ ਨੂੰ ਬੜੀ ਖਰਾਜ ਤਹਿਸੀਨ ਪੇਸ਼ ਕਰਾਂਗਾ ਕਿ ਸਾਡੀ ਇੱਥੇ ਆ ਕੇ ਨਾ, ਮੈਂ 50-60 ਸਾਲਾਂ ਤੋਂ ਉਰਦੂ ਬੋਲ ਬੋਲ ਕੇ ਕਿਸੇ ਲਈ ਮੇਰੇ ਜਬੜੇ ਵੀ ਦੁੱਖ ਪੈਂਦੇ ਨੇ, ਲੇਕਿਨ ਮੇਰੀ ਮਾਂ ਬੋਲੀ ਜਿਹੜੀ ਹੈ ਉਹ ਪੰਜਾਬੀ ਹੈ। ਅਤੇ ਜਿਸ ਲਈ ਮੈਂ ਪੰਜਾਬੀ 'ਚ ਗੱਲ ਕਰ ਰਿਹਾ ਹੁੰਦਾ, ਤਾਂ ਮੈਂ ਥੋੜ੍ਹੇ ਲਫਜ਼ਾਂ 'ਚ ਵੀ ਕੂਜ਼ੇ 'ਚ ਦਰਿਆ ਬੰਦ ਕਰ ਲੈਂਦਾ। ਦੂਸਰੀਆਂ ਜ਼ਬਾਨਾਂ ਵਾਸਤੇ ਸਾਨੂੰ ਬਾਜ਼ ਦਫ਼ਾ ਉਹਦੇ ਲਫਜ਼ ਔਰ ਜੁਮਲੇ ਦੀ ਨਿਟਿੰਗ ਜਿਹੜੀ ਹੈ ਉਹਨੂੰ ਲੱਭਣਾ ਪੈਂਦਾ। ਅਤੇ ਸੋ ਮੈਂ ਬੜਾ ਖਰਾਜ ਤਹਿਸੀਨ ਪੇਸ਼ ਕਰਾਂਗਾ ਡੀ ਜੀ ਪਲਾਕ ਸੁਗਰਾ ਸਦਫ ਜੀ ਨੂੰ, ਔਰ ਤੁਹਾਨੂੰ ਸਾਰਿਆਂ ਨੂੰ ਜਿਹੜੇ ਇਸ ਵੇੜੇ ਨੂੰ ਲੈ ਕੇ ਟੁਰੇ ਹੋ, ਔਰ ਇਸ ਕਲਚਰ ਨੂੰ, ਇੱਥੋਂ ਦੀ ਅਕਦਾਰ ਨੂੰ, ਇੱਥੋਂ ਦੀ ਰਹਿਤਲ, ਇੱਥੋਂ ਦੇ ਰਸਮੋ ਰਿਵਾਜ, ਔਰ ਅਵੇਅਰ ਰੱਖਿਆ ਤੁਸੀਂ ਲੋਕਾਂ ਨੂੰ, ਜੋੜ ਕੇ ਰੱਖਿਆ ਇਹਦੇ ਨਾਲ, ਕਿ ਇਹਦੇ ਨਾਲ ਜੁੜ ਕੇ ਰਹੋ।